ਮਾਰਕੀਟਿੰਗ ਸ਼ੋਅ ਵਿੱਚ ਐਡ ਕਰਨ ਨੂੰ ਲੈ ਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਹਾਈ ਕੋਰਟ ਦੇ ਵਕੀਲ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਸ਼ਿਕਾਇਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੀ ਕੈਪਟਨ ਸਰਕਾਰ ਵਿੱਚ ਮੰਤਰੀ ਨਵਜੋਤ ਸਿੱਧੂ ਦੇ ਅਹੁਦੇ ਤੇ ਰਹਿੰਦੇ ਹੋਏ ਕਾਮੇਡੀ ਸ਼ੋਅ ਵਿੱਚ ਕੰਮ ਕਰਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਲਗਾਉਣ ਵਾਲੇ HC ਅਰੋੜਾ ਨੇ ਨੋਟਿਸ ਭੇਜਿਆ ਸੀ। ਸੂਤਰਾਂ ਦੇ ਮੁਤਾਬਕ ਨਵਜੋਤ ਸਿੱਧੂ ਦੇ ਅੰਗਰੇਜ਼ੀ ਮੈਜਿਕ ਨਾਂ ਦੇ ਅੰਗਰੇਜ਼ੀ ਬੋਲਣ ਵਾਲੇ ਇੱਕ ਡਿਵਾਈਸ ਦਾ ਵਿਗਿਆਪਨ ਕਰਨ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਵਿੱਚ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਹੁਦੇ ਤੇ ਰਹਿੰਦੇ ਹੋਏ ਵੀ ਕਾਮੇਡੀ ਸ਼ੋਅ ਵਿੱਚ ਕੰਮ ਕਰਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਟਿੱਪਣੀ ਵੀ ਕੀਤੀ ਸੀ। ਕੋਰਟ ਕੱਲ ਮੈਂ ਇੱਕ ਨਿਊਜ਼ ਚੈਨਲ ਤੇ ਨਿਊਜ਼ ਦੇਖ ਰਿਹਾ ਥਾ ਤੋ ਇੱਕ ਐਡਵਰਟਾਈਜ਼ਮੈਂਟ ਕੋਈ ਇੱਕ ਆਧਾ ਘੰਟਾ ਚਲਤੀ ਰਹੀ ਜਿਸਮੇਂ ਸ਼੍ਰੀ ਨਵਜੋਤ ਸਿੱਧੂ ਜੋ ਕੈਬਨਿਟ ਮਿਨਿਸਟਰ ਹੈ ਪੰਜਾਬ ਸਰਕਾਰ ਮੈਂ ਵੋ ਪਬਲਿਸਿਟੀ ਜਾਂ ਪ੍ਰਮੋਸ਼ਨ ਕਰ ਰਹੇ ਥੇ ਇੱਕ ਇੰਗਲਿਸ਼ ਮੈਜਿਕ ਮਸ਼ੀਨ ਜਿਸਕਾ ਨਾਮ ਹੈ ਜੋ 4,000 ਰੁਪਏ ਕੇ ਕਰੀਬ ਉਸਕਾ ਡਿਸਕਾਊਂਟਡ ਪ੍ਰਾਈਸ ਸ਼ੋ ਹੋ ਰਹਾ ਥਾ ਔਨਲਾਈਨ ਆਰਡਰਸ ਵੀ ਲੈਣੇ ਕੇ ਲੀਏ ਸੁਵਿਧਾ ਥੀ ਔਰ ਨੰਬਰ ਵਗੈਰਾ ਦਿਆ ਹੁਆ ਥਾ ਔਰ ਉਸਕੇ ਬਾਰੇ ਮੈਂ ਯਹਾਂ ਤੱਕ ਕਹਾ ਸਿੱਧੂ ਸਾਹਿਬ ਨੇ ਕਿ ਇਹ ਮਸ਼ੀਨ ਯਦੀ ਕੋਈ ਯੂਜ਼ ਕਰਤਾ ਹੈ ਬੇਸ਼ੱਕ ਉਹ ਇੰਗਲਿਸ਼ ਜਾਣਤਾ ਹੀ ਨਹੀਂ ਉਹ ਵੀ ਫਰਾਟੇਦਾਰ ਇੰਗਲਿਸ਼ ਬੋਲੇਗਾ ਤੋ ਇਹ ਬਹੁਤ ਬੜਾ ਟਾਲ ਕਲੇਮ ਹੈ ਇਹ ਮੈਂ ਚੀਫ ਸੈਕਟਰੀ ਕੋ ਲਿਖਾ ਹੈ ਔਰ ਬਿਲਕੁਲ ਆਪਣੇ ਆਪ ਮੈਂ ਇੱਕ ਫਰਾਡੂਲੈਂਟ ਐਡਵਰਟੀਜ਼ਮੈਂਟ ਸਮਝ ਸਕਤੇ ਹੈ ਐਸੀ ਐਡਵਰਟੀਜ਼ਮੈਂਟ ਕੇ ਸਾਥ ਯਦੀ ਕੈਬਨਿਟ ਮਿਨਿਸਟਰ ਐਸੋਸੀਏਟ ਕਰਤਾ ਹੈ ਤੋ ਇਹ ਉਸਕੇ ਆਚਰਣ ਜੋ ਹੈ ਉਹ ਅੱਛਾ ਨਹੀਂ ਮਾਨਾ ਜਾਏਗਾ ਤੋ ਇਸੇ ਨਾਤਾ ਤੁਰੰਤ ਮੰਤਰੀ ਜੀ ਕੋ ਤੋੜ ਲੈਣਾ ਚਾਹੀਏ ਔਰ ਮੈਂ ਚੀਫ ਸੈਕਟਰੀ ਕੋ ਯਹੀ ਲਿਖਾ ਹੈ ਕਿ ਆਪ ਮੇਰਾ ਜੋ ਡਿਮਾਂਡ ਹੈ ਇਹ ਪਹੁੰਚਾ ਦੀਜੀਏ ਉਨਕੇ ਪਾਸ ਚੀਫ ਮਿਨਿਸਟਰ ਸਾਹਿਬ ਕੇ ਪਾਸ ਔਰ ਕਿ ਉਹ ਦਖਲ ਦੇ ਔਰ ਲਗਾਮ ਲਗਾਏ ਆਪਣੇ